सत श्रीकाल जी, तुम देख रहे हो खालसा टीवी चैनल, मैं हैप्पी कुराली। अज असं पहुंचे हैं कुराली सदर थाने, जिथे कि एस एस पी नवजोत सिंह चाहल जी वालों एक इतने जो मीटिंग रखी गई है लोगों के मसले हल करने, जो छोटे मोटे मसले ने, छोटे मोटे केस ने, उन्होंने दोनों पार्टियां बिठा के सुनिया गया, तो उन्होंने सॉल्व किया गया। आओ आप लोगों गलबात भी करते हैं तो किवें उन्होंने मसले हल हुए, किन्ने केस इतने जो सुने गए। ਜਿੰਦੀਪਾਲ ਜੀ, ਤੁਸੀਂ ਇੱਥੇ ਕੁਰਾਲੀ ਸਦਰ ਥਾਣੇ 'ਚ ਆਏ ਸੀ, ਅਤੇ ਕੀ ਮਸਲਾ ਸੀ ਅਤੇ ਕੀ ਗੱਲਬਾਤ ਇੱਥੇ? ਅੱਜ ਮੈਨੂੰ ਜਦੋਂ ਪਤਾ ਲੱਗਿਆ ਅੱਜ ਵੀ ਇੱਥੇ ਡੀ ਐੱਸ ਪੀ ਸਾਹਿਬ ਮੁੱਲਾਪੁਰ ਆਏ ਹੋਏ ਹੈ, ਔਰ ਐੱਸ ਐੱਸ ਪੀ ਦੇ ਹੁਕਮਾਂ ਦੇ ਮੁਤਾਬਕ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਜੋ ਲੋਕਾਂ ਦੇ ਆਪਸੀ ਝਗੜੇ ਹੈ ਉਹਨੂੰ ਸਰਕਾਰ ਵੱਲੋਂ ਆਪਸ ਦੇ ਵਿੱਚ ਬੈਠ ਕੇ ਰਾਜ਼ੀਨਾਮਾ ਕਰਾਉਣ ਵਾਸਤੇ ਡੀ ਐੱਸ ਪੀ ਸਾਹਿਬ ਆਏ ਹੋਏ ਹੈ। ਉਹਨੂੰ ਬਹੁਤ ਵਧੀਆ ਲੱਗਿਆ, ਸਰਕਾਰ ਪੰਜਾਬ ਸਰਕਾਰ ਦੀ ਇਹ ਸ਼ਲਾਘਾਯੋਗ ਐੱਸ ਪੀ ਸਾਹਿਬ ਦਾ ਸ਼ਲਾਘਾਯੋਗ ਇਹ ਕਦਮ ਹੈ, ਔਰ ਮੇਰਾ ਵੀ ਇੱਕ ਛੋਟਾ ਜਿਹਾ ਮਸਲਾ ਤਾਂ ਮੈਂ ਉਹਦੇ ਵਾਸਤੇ ਵੀ ਆਇਆ। ਮੈਨੂੰ ਉਹਦੇ ਆ ਕੇ ਪਤਾ ਲੱਗਿਆ ਵੀ ਲੋਕਾਂ ਦੇ ਆਪਸ ਦੇ ਵਿੱਚ ਜੋ ਸਮਝੌਤੇ ਹੋ ਰਹੇ ਹੈ ਬਹੁਤ ਹੀ ਚੰਗੇ ਲੱਗੇ, ਔਰ ਬਹੁਤ ਹੀ ਮੈਂ ਡੀ ਐੱਸ ਪੀ ਸਾਹਿਬ ਦਾ, ਐੱਸ ਐੱਸ ਪੀ ਸਾਹਿਬ ਦਾ, ਮੁੱਖ ਮੰਤਰੀ ਪੰਜਾਬ ਚੰਨੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਸਿਟੀ ਕਾਂਗਰਸ ਪ੍ਰਧਾਨ ਕੁਰਾਲੀ ਜਿੰਦੀਪਾਲ ਬੰਸਲ ਸਮੂਹ ਇਲਾਕਾ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣੇ ਘਰ ਬੈਠ ਕੇ ਥਾਣੇ ਬੈਠ ਕੇ ਆਪਾਂ ਫੈਸਲੇ ਕਰੀਏ, ਨਾ ਅਦਾਲਤਾਂ ਵਿੱਚ ਜਾਈਏ, ਨਾ ਆਪਾਂ ਖੱਜਲ ਖਜ਼ਾਰ ਹੋਈਏ। ਧੰਨਵਾਦ। ਹਾਂਜੀ, ਡੀ ਐੱਸ ਪੀ ਸਾਹਿਬ, ਜੋ ਅੱਜ ਇੱਥੇ ਕੁਰਾਲੀ ਸਦਰ ਥਾਣੇ ਦੇ ਵਿੱਚ ਤੁਸੀਂ ਇੱਕ ਕੈਂਪ ਲਾਇਆ ਜੋ ਕੇਸਾਂ ਨੂੰ ਸੋਲਵ ਕਰਨ ਦੇ ਲਈ, ਤੁਸੀਂ ਕਿੰਨੇ ਕੇਸਾਂ ਨੂੰ ਸੋਲਵ ਕਰਨ ਦੇ ਵਿੱਚ ਸਫਲ ਹੋਏ ਆ ਅਤੇ ਕੀ ਗੱਲਬਾਤ ਹੋਈ ਜੀ? ਇਹ ਰਾਹਤ ਕੈਂਪ ਲੱਗਿਆ ਸੀ ਜੀ ਅੱਜ ਸੀਨੀਅਰ ਅਫਸਰਾਂ ਦੇ ਹੁਕਮ ਨਾਲ, ਜਿਸ 'ਚ ਐੱਸ ਐੱਸ ਪੀ ਸ਼੍ਰੀ ਨਵਜੋਤ ਮਾਲ ਸਾਹਿਬ, ਐੱਸ ਐੱਸ ਪੀ ਸਾਹਿਬ ਮੋਹਾਲੀ ਨੇ ਸਪੈਸ਼ਲ ਡਾਇਰੈਕਸ਼ਨ ਦਿੱਤੀ ਸੀ ਵੀ ਡੀ ਐੱਸ ਪੀ ਸਾਹਿਬ ਖੁਦ ਗਰਾਊਂਡ ਲੈਵਲ 'ਤੇ ਸਾਰੇ ਐੱਸ ਐੱਚ ਓ ਨਾਲ ਜਾ ਕੇ ਸਾਰੀਆਂ ਕੰਪਲੇਂਟਸ, ਪੈਂਡਿੰਗ ਕੰਪਲੇਂਟਸ ਦੀ ਸੁਣਵਾਈ ਕਰੋ ਅਤੇ ਇਹਨਾਂ ਨੂੰ ਨਿਪਟਾਰਾ ਕਰੋ। ਤਾਂ ਅਸੀਂ 100 ਤੋਂ ਉੱਤੇ ਅੱਜ ਨਿਪਟਾਰਾ ਕੀਤਾ ਅਤੇ ਸਾਰਿਆਂ ਦੀਆਂ ਸਮੱਸਿਆ ਵੀ ਸੁਣੀਆਂ, ਕਈ ਮਸਲੇ ਹੱਲ ਕੀਤੇ ਨੇ, ਕਈਆਂ ਦਾ ਜੋ ਕਾਨੂੰਨੀ ਤੌਰ 'ਤੇ ਬਣਦਾ ਉਹ ਲਿਖ ਕੇ ਭੇਜਿਆ। ਅਤੇ ਇਹ ਕਿਵੇਂ ਦੇ ਕੇਸ ਸੀਗੇ ਜੀ, ਲੜਾਈ ਝਗੜੇ ਦੇ ਸੀ ਜਾਂ ਕਿਵੇਂ? ਇਹ ਮੈਟਰੀਮੋਨੀਅਲ ਕੇਸ ਜ਼ਿਆਦਾ ਸੀ ਜੀ, ਲੜਾਈ ਝਗੜਾ ਵੀ ਸੀ, ਕੋਈ ਛੋਟੇ ਕਈ ਵਾਰੀ ਆਪਸ 'ਚ ਜ਼ਮੀਨ ਦੇ ਝਗੜੇ, ਉਹ ਸਾਰੇ ਹੱਲ ਕੀਤੇ ਗਏ। ਅਤੇ ਹੋਰ ਕੋਈ ਗੱਲਬਾਤ, ਮਤਲਬ ਜਿਹੜੇ ਮਤਲਬ ਕਿਸੇ 'ਤੇ ਕੋਈ ਕਾਰਵਾਈ ਵੀ ਕੀਤੀ ਗਈ ਹੈ, ਕਾਨੂੰਨੀ ਕਾਰਵਾਈ ਇਹਨਾਂ? ਹਾਂ, ਜਿਨ੍ਹਾਂ 'ਤੇ ਕੋਈ ਕੇਸ ਰਜਿਸਟ੍ਰੇਸ਼ਨ ਬਣਦੀ ਸੀਗੀ ਮਸਲੇ 'ਚ, ਕੋਸ਼ਿਸ਼ ਕਰੀ ਗਈ ਹੈ ਵੀ ਕੰਪਰੋਮਾਈਜ਼ ਕਰਾਏ ਜਾਣ, ਮੈਟਰ ਫਾਈਲ ਕਰੇ ਜਾਣ, ਪਰ ਜਿਹੜਾ ਕੋਈ ਨਹੀਂ ਸੀਗਾ ਉਹਦੇ ਖਿਲਾਫ਼ ਅਸੀਂ ਕਾਨੂੰਨ ਮੁਤਾਬਕ ਲਿਖ ਕੇ ਵੀ ਭੇਜੇ।